ਤੁਹਾਡੀ ਤਾਕਤ ਕਰਕੇ ਅਸੀਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਹਿੰਮਤ ਕੀਤੀ ਜੁਰਤ ਕੀਤੀ ਕਿ ਸਾਨੂੰ ਇਦਾਂ ਦੀ ਡੰਮੀ ਮੀਟਿੰਗ ਨਹੀਂ ਚਾਹੀਦੀ। ਸਾਂਝਾ ਫਰੰਟ ਇਦਾਂ ਦੀ ਡੰਮੀ ਮੀਟਿੰਗ ਜਿਹੜੀ ਆ ਉਹਨੂੰ ਠਕਰਾਉਂਦਾ ਏ ਤੇ ਆਪਣਾ ਪ੍ਰੋਗਰਾਮ ਕਰੇਗਾ। ਸਵਾਲ ਕੱਲਾ ਮੀਟਿੰਗਾਂ ਦਾ ਨਹੀਂ ਹੈ। ਅਸੀਂ ਪਿਛਲੇ 8 ਸਾਲਾਂ ਤੋਂ ਸਰਕਾਰ ਦੇ ਕੋਲੋਂ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਗਏ ਆ। ਲੜਾਈ ਲੜਦੇ ਆ, ਸੰਘਰਸ਼ ਕਰਦੇ ਆ ਤੇ ਸੰਘਰਸ਼ ਦਾ ਮੁੱਖ ਮੋਟਿਵ ਜਿਹੜਾ ਏ ਉਹ ਮੀਟਿੰਗ ਲੈਣਾ ਹੋ ਜਾਂਦਾ ਹੈ। ਅਸੀਂ ਕਹਿੰਦੇ ਆ ਪੰਜਾਬ ਦੀ ਸਰਕਾਰ, ਪੰਜਾਬ ਦੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ, ਤੁਸੀਂ ਮੰਗਾਂ ਦਾ ਐਲਾਨ ਕਰ ਦਿਓ, ਤੁਸੀਂ ਕਰ ਦਿਓ ਐਲਾਨ ਕਿ ਮਿਡ ਡੇ ਮੀਲ ਵਰਕਰਾਂ ਦੀ, ਆਸ਼ਾ ਵਰਕਰਾਂ ਦੀ ਫੌਰੀ ਤਨਖਾਹ ਦੁੱਗਣੀ ਤੇ ਘੱਟੋ ਘੱਟ ਉਜਰਤਾਂ ਦੇ ਬਾਰੇ ਵਿਧਾਨ ਸਭਾ ਦੇ ਅੰਦਰ ਅਸੀਂ ਮਤਾ ਲਿਆਵਾਂਗੇ ਕਿ ਮਿਡ ਡੇ ਮੀਲ ਦੇ ਉੱਤੇ, ਆਸ਼ਾ ਵਰਕਰਾਂ ਦੇ ਉੱਤੇ, ਆਂਗਨਵਾੜੀ ਦੇ ਉੱਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਹੋਏਗਾ, ਸਾਨੂੰ ਮੀਟਿੰਗ ਨਹੀਂ ਚਾਹੀਦੀ। ਅਸੀਂ ਚਾਹਾਂਗੇ ਕਿ ਮੁੱਖ ਮੰਤਰੀ ਐਲਾਨ ਕਰਨ ਕਿ ਪੰਜਾਬ ਦੇ ਸਾਰੇ ਕੱਚੇ ਮੁਲਾਜ਼ਮ, ਸਾਰੇ ਠੇਕੇ ਵਾਲੇ ਮੁਲਾਜ਼ਮ ਤੇ ਆਊਟਸੋਰਸ ਵਾਲੇ ਮੁਲਾਜ਼ਮ, ਇਹਨਾਂ ਨੂੰ ਕੱਚੇ ਤੇ ਠੇਕੇ ਵਾਲਿਆਂ ਨੂੰ ਫੌਰੀ ਪੱਕਾ ਕਰਨ ਦਾ ਐਲਾਨ ਕਰਨ। ਕੋਈ ਪੜ੍ਹਾਈ ਦੀ ਸ਼ਰਤ ਨਹੀਂ। ਜਿਹੜੇ 25 ਸਾਲਾਂ ਤੋਂ ਜੰਗਲਾਤ ਦੇ ਟੋਏ ਪੁੱਟ ਕੇ ਉੱਥੇ ਬੂਟੇ ਲਾ ਰਹੇ ਨੇ ਉਹ ਕਿਸੇ ਵੀ ਹਾਰਟੀਕਲਚਰ ਵਾਲੇ ਅਧਿਕਾਰੀ ਦੇ ਨਾਲੋਂ, ਅਫਸਰ ਦੇ ਨਾਲੋਂ ਬੂਟੇ ਲਾਉਣ ਦੇ ਅੰਦਰ, ਉਹਨਾਂ ਨੂੰ ਪਾਲਣ ਦੇ ਅੰਦਰ ਜ਼ਿਆਦਾ ਮੁਹਾਰਤ ਰੱਖਦੇ ਹੈ। ਉਹਨਾਂ ਦੇ ਸਾਹਮਣੇ 8ਵੀਂ ਦੀ ਸ਼ਰਤ ਥੋਪ ਦੇਣੀ ਉਹਨਾਂ ਦੇ ਨਾਲ ਨਿਆਂ ਨਹੀਂ ਹੈ। ਪੰਜਾਬ ਦੀ ਸਰਕਾਰ ਐਲਾਨ ਕਰੇ ਸਾਨੂੰ ਮੀਟਿੰਗ ਦੀ ਲੋੜ ਨਹੀਂ ਹੈ ਮੰਗਾਂ ਨੂੰ ਲੈ ਕੇ। ਹਾਂਜੀ ਦੋਸਤੋ, ਇਸ ਅੱਜ ਦੀ ਵੱਡੀ ਅਪਡੇਟ, ਅਪਡੇਟ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਸਾਡੇ ਚੈਨਲ 'ਤੇ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਤਾਂ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ। ਧੰਨਵਾਦ ਜੀ।